ਕਦੇ ਕਦੇ ਇੰਜ ਲੱਗਦਾ ਹੈ ਜਿਵੇਂ ਇਨਸਾਨ ਜ਼ਿੰਦਗੀ ਤੋਂ ਹਾਰ ਗਿਆ ਹੋਵੇ। ਹੌਸਲਿਆਂ ਦੇ ਮੋਢੇ ਟੁੱਟ ਜਾਂਦੇ ਹਨ, ਹਿੰਮਤ ਦੇ ਪੈਰਾਂ ਵਿੱਚ ਵੀ ਬੇੜੀਆਂ ਬੰਨੀਆਂ ਜਾਂਦੀਆਂ ਹਨ। ਮਿਹਨਤ ਕਰਨ ਦੇ ਬਾਵਜੂਦ ਵੀ ਕੋਈ ਨਤੀਜਾ ਨਹੀਂ ਮਿਲਦਾ। ਅੱਜ ਅਸੀਂ ਤੁਹਾਡੇ ਲਈ ਕੁਝ ਇਸ ਤਰ੍ਹਾਂ ਦੇ ਹੀ ਵਿਚਾਰ ਲੈ ਕੇ ਆਏ ਹਾਂ ਜਿਹੜੇ ਤੁਹਾਡੇ ਅੰਦਰ ਊਰਜਾ ਅਤੇ ਉਤਸ਼ਾਹ ਭਰ ਦੇਣਗੇ। ਇਹਨਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਕਿਹਾ ਸੀ, ਜੇਕਰ ਤੁਸੀਂ ਕੁਝ ਨਹੀਂ ਕਰੋਗੇ ਤਾਂ ਤੁਹਾਡੇ ਕੋਲ ਕੋਈ ਵੀ ਨਤੀਜਾ ਨਹੀਂ ਹੋਵੇਗਾ। ਇਹ ਵੀ ਕਿਹਾ ਸੀ ਕਿ ਖੁਦ ਵਿੱਚ ਬਦਲਾਅ ਲਿਆਓ ਜੋ ਤੁਸੀਂ ਦੁਨੀਆਂ ਵਿੱਚ ਦੇਖਣਾ ਚਾਹੁੰਦੇ ਹੋ। ਮਹਾਤਮਾ ਗਾਂਧੀ ਨੇ ਹੀ ਕਿਹਾ ਸੀ, ਇੱਕ ਵਿਨਰਮ ਤਰੀਕੇ ਨਾਲ ਤੁਸੀਂ ਦੁਨੀਆਂ ਹਿਲਾ ਸਕਦੇ ਹੋ। ਉਹਨਾਂ ਕਿਹਾ ਸੀ, ਇਸ ਤਰ੍ਹਾਂ ਜਿਉਵੋ ਜਿਵੇਂ ਤੁਸੀਂ ਕੱਲ੍ਹ ਮਰਨਾ ਹੋਵੇ, ਇਸ ਤਰ੍ਹਾਂ ਸਿੱਖੋ ਜਿਵੇਂ ਤੁਸੀਂ ਹਮੇਸ਼ਾ ਜਿਉਂਦੇ ਰਹਿਣਾ ਹੋਵੇ। ਸਟੀਵ ਜਾਬਸ ਨੇ ਕਿਹਾ ਸੀ, ਮਹਾਨ ਕੰਮ ਕਰਨ ਦਾ ਇੱਕ ਹੀ ਤਰੀਕਾ ਹੈ, ਜੋ ਤੁਸੀਂ ਕਰੋ ਪਹਿਲਾਂ ਉਸ ਨੂੰ ਪਸੰਦ ਕਰੋ। ਅਬਰਾਹਿਮ ਲਿੰਕਨ ਨੇ ਕਿਹਾ ਸੀ, ਸਧਾਰਨ ਦਿਸਣ ਵਾਲੇ ਲੋਕ ਹੀ ਦੁਨੀਆਂ ਦੇ ਸਭ ਤੋਂ ਚੰਗੇ ਲੋਕ ਹੁੰਦੇ ਹਨ। ਇਹੀ ਕਾਰਨ ਹੈ ਕਿ ਭਗਵਾਨ ਇਸ ਤਰ੍ਹਾਂ ਦੇ ਬਹੁਤ ਲੋਕਾਂ ਦਾ ਨਿਰਮਾਣ ਕਰਦਾ ਹੈ। ਡਾਕਟਰ APJ ਅਬਦੁਲ ਕਲਾਮ ਨੇ ਕਿਹਾ ਸੀ ਕਿ ਇੰਤਜ਼ਾਰ ਕਰਨ ਵਾਲਿਆਂ ਨੂੰ ਉਹਨਾਂ ਕੋ ਹੀ ਮਿਲਦਾ ਹੈ ਜਿੰਨਾ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਹਨ। ਮਹਾਤਮਾ ਬੁੱਧ ਨੇ ਕਿਹਾ ਸੀ, ਹਰ ਉਹ ਚੀਜ਼ ਜ਼ਹਿਰ ਹੈ ਜਿਹੜੀ ਜ਼ਰੂਰਤ ਤੋਂ ਜ਼ਿਆਦਾ ਹੈ, ਫਿਰ ਚਾਹੇ ਉਹ ਧਨ ਹੋਵੇ, ਭੁੱਖ ਜਾਂ ਫਿਰ ਤਾਕਤ। ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ, ਖੁਦ ਨੂੰ ਕਮਜ਼ੋਰ ਸਮਝਣਾ ਸਭ ਤੋਂ ਵੱਡਾ ਪਾਰ ਹੈ। ਉਹਨਾਂ ਇਹ ਵੀ ਕਿਹਾ ਸੀ, ਸੰਘਰਸ਼ ਜਿੰਨਾ ਮੁਸ਼ਕਲ ਹੋਵੇਗਾ ਜਿੱਤ ਓਨੀ ਹੀ ਸ਼ਾਨਦਾਰ ਹੋਵੇਗੀ। ਦੋਸਤੋ, ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਵਧੀਆ ਲੱਗੇ ਤਾਂ ਸ਼ੇਅਰ ਤੇ ਲਾਈਕ ਦੇ ਨਾਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ ਜੀ।